स्वागत है किसान वीरो तुहाडा सिद्धक डेयरी फार्मिंग दे विच। किसान वीरो अज जिहड़ी वीडियो बना रहे हैं पिंड भगता भाई ए बठिंडे जिले का पिंड बाजेखाने तो बरनाला रोड के उत्ते पिंड आउंदा दोस्तों। तो जिहड़े घर चो मैं अज वीडियो बना रहा भाई वपार का काम कर लैंदा हुण सज्जर पशु जां गब्बण गावां जिहड़ियां विक्री वास्ते हुंदियां इहदू बाद च ਜਿਵੇਂ ਇੱਕ ਜਿਹੜਾ ਕਹਿ ਲਓ ਵੀ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਤਾਂ ਵੀਰ ਦੱਸਦਾ ਵੀ ਉਦੋਂ ਤੋਕੜ ਗੱਬਣ ਗਾਵਾਂ ਖਰੀਦ ਕੇ ਪਾਲ ਲੈਣੀਆਂ ਅਤੇ ਗਾਂ ਜਦੋਂ ਤਿਆਰ ਹੋ ਜਾਂਦੀਆਂ ਮੁੜ ਕੇ ਫਿਰ ਉਦੋਂ ਉਹ ਸੇਲ ਕਰਨੀਆਂ ਹੁੰਦੀਆਂ। ਅੱਜ ਦੀ ਵੀਡੀਓ 'ਚ ਦੋ ਨਾਗ ਹੈ, ਰੇਟ ਦੋਨਾਂ ਦੇ ਹੀ ਵਾਜਬ ਜੇ ਹੋਣਗੇ ਦੋਸਤੋ। ਪਹਿਲੇ ਨੰਬਰ 'ਤੇ ਬਹੁਤ ਸੋਹਣੀ ਗਾਂ ਜਿਹੜੀ ਤਾਜ਼ੀ ਸੂਈ ਹੈ, ਥਣ ਹਵਾਨੇ ਵਾਲੇ ਪੱਖ ਤੋਂ ਸੋਹਣੀ ਹੈ, ਢਾਂਚੇ ਵਾਲੇ ਪੱਖ ਤੋਂ ਸੋਹਣੀ ਹੈ, ਰੇਟ ਵੀ ਇਹਦਾ ਵਿਕਰੀ ਵਾਲਾ ਹੀ ਹੋਊਗਾ। ਅਤੇ ਇਹਦੇ ਨਾਲ ਇੱਕ ਗਾਂ ਖੜੀ ਹੈ ਦੋਸਤੋ, ਅਜੇ ਟਾਈਮ ਲੈਂਦੀ ਹੈ ਸੋਣ 'ਚ, ਇਹ ਵੀ ਚੰਗੀ ਸੋਹਣੀ ਦਿਸਦੀ ਹੈ। ਆਓ ਡਿਟੇਲ ਪੁੱਛੀਏ, ਪਹਿਲਾਂ ਜਿਹੜੀ ਸੱਜਰ ਹੈ ਤਾਜ਼ੀ ਸੂਈ ਹੈ ਇਹਦੇ ਬਾਰੇ, ਫਿਰ ਜਿਹੜੀ ਗੱਬਣ ਗਾਂ ਇਹਦੀ ਡਿਟੇਲ ਪੁੱਛਾਂਗੇ। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰ? ਨਾਮ ਸੁਭਾਸ਼ ਕੁਮਾਰ ਆ ਬਾਈ, ਠੀਕ ਹੈ, ਭਗਤਾ ਭਾਈ। ਠੀਕ ਹੈ, ਸੁਭਾਸ਼ ਭਾਈ ਆਈ ਜਾਂਦੇ ਆ ਪਸ਼ੂ ਰੂਟੀਨ 'ਚ ਲਈ ਆਉਣੇ? ਦੋ ਹੀ ਪਸ਼ੂ ਲਿਆਉਣੇ ਹੁੰਦੇ ਆ ਬਾਈ, ਵੱਧ ਨਹੀਂ ਲੈਂਦੇ। ਗਾਵਾਂ ਹੀ ਆਉਂਦੀਆਂ? ਗਾਂ ਹੀ ਆਉਂਦੀਆਂ, ਮੈਂ ਵੀ ਲੈ ਲੈਂਦੇ ਜੇ ਕੋਈ ਚੰਗੀ ਮੈਂ ਤੁਰਿਆ ਫਿਰਦੇ ਨੂੰ ਮਿਲ ਜਾਏ। ਠੀਕ ਹੈ, ਨਹੀਂ ਉਹ ਗਾਵਾਂ ਜ਼ਿਆਦਾ ਖਰੀਦ? ਗਾਂ ਹੀ ਜ਼ਿਆਦਾ ਬਾਈ। ਠੀਕ ਹੈ। ਅੱਛਾ, ਅੱਜ ਆਪਣੇ ਕੋਲ ਇੱਕ ਪਹਿਲੇ ਨੰਬਰ 'ਤੇ ਗਾਂ ਜਿਹੜੀ ਤਾਜ਼ੀ ਸੂਈ ਦੀ, ਕਿੰਨਵਾਂ ਸੂਆ ਸੂਈ? ਇਹ ਬਾਈ ਦੂਜਾ ਸੂਆ ਸੂਈ ਆ, ਰਾਤ ਸੂਈ ਸੀਗੀ 12 ਵਜੇ। ਰਾਤ 12 ਵਜੇ ਸੂਈ ਦੂਜਾ ਸੂਆ? ਹਾਂਜੀ, ਜੇਰ ਪੈ ਗਈ ਬਾਈ ਇਹਦੀ। ਠੀਕ ਹੈ, ਤੇ ਦੁੱਧ ਕੱਢਤਾ ਬਾਈ ਇਹਦਾ, 5-6 ਕਿਲੋ ਬਹੁਤਾ ਚੋਇਆ ਆਪਣਾ। ਠੀਕ ਹੈ, ਬੱਚਾ ਕੀ ਦੇਗੀ ਇਹ? ਬੱਚਾ ਬਾਈ ਰੇਟ ਇਹਦਾ ਸੁਭਾਸ਼ ਭਾਈ ਕੀ ਰੱਖਦੇ? ਇਹਦਾ 75,000 ਰੁਪਈਆ ਬਾਈ। ਖੁੱਲ ਗਏ ਨੂੰ ਤੁਰ ਗਏ ਬਾਈ। ਸੋ ਦੋਸਤੋ 75,000 ਰੇਟ ਹੈ ਅਤੇ ਬੱਚਾ ਵੱਛਾ ਦਿੱਤਾ, ਰਾਤ ਸੂਈ ਹੈ 12 ਵਜੇ, ਜੇਰ ਬੱਠਲ 'ਚ ਹੀ ਪਈ ਹੈ ਕੰਪਲੀਟ। ਬਾਈ ਕਹਿੰਦਾ ਵੀ ਪੈ ਗਈ ਹੈ ਜੇਰ, ਥਣ ਦਾ ਸਹਿਜ ਹੱਥੀਂ ਚੁਆਈ ਵਾਲਾ ਬਹੁਤ ਸੋਹਣਾ, ਤੁਹਾਨੂੰ ਨੇੜੇ ਤੋਂ ਵੀ ਦਿਖਾਊ। ਹਵਾਨਾ ਵੀ ਦੱਸੋ ਚੰਗਾ, ਇਸ ਟਾਈਮ ਵੀ ਚੰਗਾ ਹਵਾਨਾ ਹੈ। ਟਾਈਮ 11:35 ਹੈ ਸਕਰੀਨ ਉੱਤੇ, ਬਹੁ ਮੋੜ ਲਾ ਬਾਈ। ਹਵਾਨਾ ਦੱਸੋ, ਪਿਛਾਂਹ ਨੂੰ ਵੀ ਸੋਹਣਾ ਦਿਖਾਉਂਦੀ ਹੈ ਗਾਂ ਅਤੇ ਅੱਗੇ ਨੂੰ ਵੀ ਹਵਾਨਾ ਚੰਗਾ। ਸੋ ਦੂਜਾ ਸੂਆ 75,000 ਰੇਟ ਹੈ, ਢਾਂਚਾ ਵੀ ਸੋਹਣਾ ਹੈ ਅਤੇ ਜਿਹੜੇ ਥਣ ਦਾ ਸਹਿਜ ਆ ਉਹ ਵੀ ਬਹੁਤ ਚੰਗਾ, ਮੈਂ ਤੁਹਾਨੂੰ ਨੇੜੇ ਤੋਂ ਦਿਖਾਊਂਗਾ ਇਹਦੇ ਥਣਾਂ ਦੇ ਵਿੱਚ ਬਿੱਥੀ ਜਾਂ ਥਣਾਂ ਦਾ ਸਹਿਜ ਤੁਹਾਡੇ ਪਸੰਦ ਆਊ। ਜਿਹੜਾ ਵੀਰ ਘਰ ਦੁੱਧ ਪੀਣ ਵਾਸਤੇ ਗਾਂ ਖਰੀਦਣੀ ਚਾਹੁੰਦਾ, ਕਿਉਂਕਿ ਘੱਟ ਮਿਲਣਗੇ ਇੱਦਾਂ ਦੇ ਥਣ ਤੁਹਾਨੂੰ ਗਾਵਾਂ ਦੇ, ਲਾਲ ਰੰਗ ਦਾ ਥਣ ਦੋਸਤੋ ਬਹੁਤ ਸੋਹਣਾ ਅਤੇ ਹੱਥੀਂ ਚਵਾਈ ਵਾਲਾ ਪੂਰਾ ਮੁੱਠੀ ਵਾਲਾ ਥਣ ਦੋਸਤੋ, ਇੱਥੋਂ ਤੁਸੀਂ ਦੇਖੋ ਇੱਦਾਂ ਦਾ ਥਣ ਦਾ ਰੁੱਖ ਹੈ। ਸੋ ਸੋਹਣੀ ਗਾਂ, ਵਾਜਬ ਰੇਟ ਹੈ 75,000, ਜਿਹਨੂੰ ਪਸੰਦ ਆਵੇ ਦੋਸਤੋ ਸੋਹਣਾ ਦੁੱਧ ਪਾਊਗੀ ਇਹ, ਉਮੀਦ ਇਹ ਤੋਂ ਕਰ ਸਕਦੇ ਹਾਂ। ਵੱਛੇ ਨੂੰ ਇਹਨੇ ਜਨਮ ਦਿੱਤਾ, ਤਾਜ਼ੀ ਬਿਲਕੁਲ ਇਹ ਸੂਈ ਵੀ ਗਾਂ ਪਹਿਲੇ ਨੰਬਰ 'ਤੇ। ਇਹਦੂ ਬਾਅਦ 'ਚ 2 ਨੰਬਰ 'ਤੇ ਖੋਰ ਗਾਂ। ਸੁਭਾਸ਼ ਭਾਈ ਕਿੰਨਵਾਂ ਸੂਆ ਸੂ? ਇਹ ਦੂਜਾ ਸੂਆ ਸੂਗੀ ਬਾਈ। ਕਿੰਨਾ ਟਾਈਮ ਲੈਂਦੀ ਹੈ? ਇਹ ਲੈ ਜੂ ਬਾਈ ਹਜੇ ਹਫ਼ਤਾ, 10 ਦਿਨ। ਕੀ ਰੇਟ ਰੱਖਦੇ ਹੋ? ਇਹਦਾ 53,000 ਰੁਪਈਆ ਬਾਈ। 53,000 ਤੋਰੀ? ਸੋ ਦੋਸਤੋ 53,000 ਇਹਦਾ ਰੇਟ ਹੈ, ਹਜੇ ਹਫ਼ਤਾ ਲੈਂਦੀ ਹੈ ਸੂਣ 'ਚ। ਹਵਾਨਾ ਇਹ ਵੀ ਚੰਗਾ ਬਣਾਊਗੀ, ਥਣ ਇਹਦਾ ਵੀ ਹੱਥੀਂ ਚੁਆਈ ਵਾਸਤੇ ਸੋਹਣਾ ਨਿਕਲ ਆਉਣਾ, ਮੀਡੀਅਮ ਹਾਈਟ ਦੀ ਹੈ। 53,000 ਰੇਟ ਹੈ, ਜਿਹਨੂੰ ਇਹ ਗਾਂ ਪਸੰਦ ਆਉਂਦੀ ਹੈ ਤਾਂ ਤੁਸੀਂ ਇਹਦੇ ਲਈ ਕਾਲ ਕਰ ਲਿਓ ਜੀ। ਉਹ ਥਣ ਇਹਦਾ ਵੀ ਦੋਸਤੋ ਹੱਥੀਂ ਚੁਆਈ ਵਾਲਾ ਸੋਹਣਾ ਥਣ ਦਿਸਦਾ ਇਹਦਾ ਵੀ, ਗੋਹਾ ਕਰ ਲੈਂਦੇ ਬਾਈ। ਸੋ ਦੋਸਤੋ ਇਹ ਦੂਜਾ ਸੂਆ, ਇਸ ਗਾਂ ਨੇ ਵੀ ਸੋਹਣਾ ਅਤੇ ਰੇਟ ਇਹਦਾ 53,000 ਹੈ। ਉਹ ਜਿਹਨੂੰ ਪਸੰਦ ਆਵੇ ਦੱਸੋ, ਕੁਛ ਰੇਟ ਘੱਟ ਜੂਗਾ, ਮਾਨ ਤਾਨ ਹੋ ਜਾਣਾ ਇਸ ਰੇਟ ਦੇ ਵਿੱਚੋਂ, ਫਿਕਸ ਨਹੀਂ ਰੇਟ ਹੁੰਦੇ ਇਹ, ਕੁਛ ਘੱਟ ਜਾਣਾ ਹੁੰਦਾ ਜਿਹੜਾ ਰੇਟ ਮੰਗਿਆ ਜਾਂਦਾ, ਕੁਛ ਕੀਮਤ ਇਹਦੇ 'ਚੋਂ ਫਰਕ ਪੈਂਦਾ। ਇਹ ਵੀ ਠੰਡੀ ਸੀਲ ਹੈਗਾ, ਸਪੇਸ ਇਹਦੇ ਬਹੁਤ ਪਈ ਹੈ ਹਜੇ ਹਵਾਨੇ 'ਚ, ਹਫ਼ਤਾ 10 ਦਿਨ ਹਜੇ ਲਊਗੀ ਸੂਣ 'ਚ। ਅਤੇ ਇੱਧਰ ਇੱਕ ਬਿਲਕੁਲ ਤਿਆਰ ਤਾਜ਼ੀ ਸੂਈ ਵੀ ਬਹੁਤ ਸੋਹਣੇ ਥਣ ਹਵਾਨੇ ਦੀ ਗਾਂ, ਇਹਦਾ ਰੇਟ 75,000 ਹੈ। ਸੋ ਆਪਦੀ ਪਸੰਦ ਦਾ ਪਸ਼ੂ ਆਪ ਆ ਕੇ ਦੇਖੋ ਜੇ ਅਤੇ ਤਸੱਲੀ ਨਾਲ ਖਰੀਦਿਓ। ਧੰਨਵਾਦ।